मेरे वालों थोनू सारे नू प्यार भरी सत श्री अकाल। अज मम्मी सेवियां बनाउन लगे ने ते देखो पैन च पानी गर्म रख दिता गया है। ते देखो अज सवेरे काफ़ी मीह पिया ते अज 15 जुलाई का दिन है ते कल नू संगरांद है। साढ़े वाले कहना है कि सौन दे महीने च चूल्हे नहीं सवारे जाते। ते देखो अज मम्मी ने चूल्हे सवारे ने। मेरे तो चूल्हे सवार दे हुए वीडियो शूट नहीं हुई क्योंकि मैं ग्रॉसरी का समान लैन गई हुई सी पापा नाल। ये देखो हुण ये चूल्हे 1 महीने तक इदा ही रहणगे, इन्हां नूं आपां नहीं सैट करांगे। ये देखो ये स्ट्रॉबेरी सारा दिन खुला रहिंदा है, बहुत खराब है ये। ये देखो इदा ये करके ना लत्तां उपर ही चढ़दा रहिंदा है। ते इधर पानी गर्म हो रहा है, ये देखो। ये देखो फ्रेंड्स पानी अपना पानी उबाली आ गई। ये देखो ते हुण आपां इस विच सेवियां ऐड करांगे। हुण आपां सेवियां ऐड करन लगे हां। ਹੁਣੇ ਕਿੰਨਾ ਟਾਈਮ 'ਚ ਬਣ ਗਈ ਆ? ਬਸ ਇੱਕ ਉਬਾਲੀ। ਹੁਣ ਇੱਕ ਇਹਨਾਂ ਨੂੰ ਇੱਕ ਉਬਾਲੀ ਦਵਾਉਣ ਦੀ ਜ਼ਰੂਰਤ ਹੈ, ਫਿਰ ਇਹ ਖਾਣ ਲਈ ਬਣ ਕੇ ਰੈਡੀ ਹੋ ਜਾਣਗੀਆਂ। ਇੱਧਰ ਸੇਵੀਆਂ ਖਾਣ ਨੂੰ ਸਟ੍ਰੋਬੇਰੀ ਪਹੁੰਚ ਗਿਆ। ਜਦੋਂ ਵੀ ਕੋਈ ਖਾਣੇ ਵਾਲੀ ਚੀਜ਼ ਬਣਾਉਂਦੇ ਹਾਂ ਇਹ ਸਭ ਤੋਂ ਪਹਿਲਾਂ ਆ ਕੇ ਇੱਥੇ ਬੈਠ ਜਾਂਦਾ। ਇਹ ਦੇਖੋ ਇਹਨਾਂ ਨੂੰ ਉਬਾਲੀ ਆ ਚੁੱਕੀ ਹੈ। ਹੁਣ ਆਪਾਂ ਇਹਨਾਂ ਦਾ ਪਾਣੀ ਕੱਢ ਲਵਾਂਗੇ। ਇਹ ਦੇਖੋ ਪਾਣੀ ਕੱਢਣ ਤੋਂ ਬਾਅਦ ਇਹਦੇ ਵਿੱਚ ਸ਼ੂਗਰ ਐਡ ਕਰ ਦਾਂਗੇ। ਹੁਣ ਇਹ ਤੋਂ ਬਾਅਦ ਦੇਸੀ ਘਿਓ ਐਡ ਕਰਾਂਗੇ। ਹੁਣ ਇਹਨਾਂ ਨੂੰ 2 ਮਿੰਟ ਲਈ ਰੱਖਾਂਗੇ, ਸ਼ੂਗਰ ਉਦੋਂ ਤੱਕ ਮੈਲਟ ਹੋ ਜਾਏਗੀ, ਫਿਰ ਆਪਾਂ ਸਰਵ ਕਰਕੇ ਦਿਖਾਉਂਦੇ ਹਾਂ। ਇਹ ਦੇਖੋ ਫਰੈਂਡਸ ਸੇਵੀਆਂ ਬਣ ਕੇ ਤਿਆਰ ਨੇ ਅਤੇ ਖਾਣ 'ਚ ਬੜੀਆਂ ਟੇਸਟੀ ਹੁੰਦੀਆਂ ਨੇ ਅਤੇ ਮੇਰੇ ਤੋਂ ਤਾਂ ਵੇਟ ਹੋ ਨਹੀਂ ਰਹੀ, ਮੈਂ ਤਾਂ ਲੱਗੀ ਹਾਂ ਖਾਣ, ਤੁਸੀਂ ਵੀ ਖਾ ਲਓ ਫਰੈਂਡਸ। ਚਲੋ ਠੀਕ ਹੈ ਫਰੈਂਡਸ, ਬਾਕੀ ਹੁਣ ਨੈਕਸਟ ਵੀਡੀਓ 'ਚ ਮਿਲਦੇ ਹਾਂ ਅਤੇ ਜੋ ਮੈਂ ਅੱਜ ਗਰੋਸਰੀ ਦੀ ਸ਼ੋਪਿੰਗ ਕਰਕੇ ਆਈ ਹਾਂ ਉਹ ਆਪਾਂ ਨੈਕਸਟ ਵੀਡੀਓ 'ਚ ਸ਼ੇਅਰ ਕਰਾਂਗੇ। ਚਲੋ ਠੀਕ ਹੈ ਫਰੈਂਡਸ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ।